ਕਿ ਜਿਹੜੇ ਸਾਡੇ ਸਿੱਖ ਬੱਚੇ ਬੱਚੀਆਂ ਜਿਹੜੇ ਅੰਮ੍ਰਿਤਧਾਰੀ ਆ, ਜਿਹਨਾਂ ਦੇ ਮਾਂ ਬਾਪ ਅੰਮ੍ਰਿਤਧਾਰੀ ਆ, ਸਾਡੇ ਤਿੰਨਾਂ ਸਕੂਲਾਂ ਵਿੱਚ ਜਿਹੜੇ ਤਿੰਨ ਵਿਦਿਅਕ ਅਦਾਰੇ ਆ ਸਾਡੇ ਕੋਲ, ਉਹਨਾਂ 'ਚ ਉਹਨਾਂ ਨੂੰ ਫ੍ਰੀ ਪੜ੍ਹਾਇਆ ਜਾਵੇਗਾ, ਉਹਨਾਂ ਦੀ ਕੋਈ ਫੀਸ ਜਿਹੜੀ ਆ ਉਹ ਨਹੀਂ ਲਈ ਜਾਵੇਗੀ। ਅਤੇ ਜਿਹੜੇ ਦੋ ਕਾਲਜ ਨੇ ਸਾਡੇ, ਉਹਨਾਂ ਵਿੱਚ ਵੀ ਬੱਚੇ ਬੱਚੀਆਂ ਨੂੰ ਵਜ਼ੀਫੇ ਦਿੱਤੇ ਜਾਣਗੇ। ਮੀਰੀ ਪੀਰੀ ਮੈਡੀਕਲ ਕਾਲਜ ਅਜੇ ਪ੍ਰਬੰਧ ਵਿੱਚ ਨਹੀਂ ਆਇਆ, ਜਿਹੜੇ ਪੰਜ ਵਿੱਦਿਅਕ ਅਦਾਰੇ ਸਾਡੇ ਕੋਲ ਆ ਇਹਨਾਂ 'ਚ ਸਕੂਲਾਂ ਅੰਦਰ ਤਾਂ ਫ੍ਰੀ ਉਹਨਾਂ ਨੂੰ ਪੜ੍ਹਾਇਆ ਜਾਵੇਗਾ, ਉਹਨਾਂ ਦੀ ਕੋਈ ਫੀਸ ਨਹੀਂ ਹੋਵੇਗੀ ਪੜ੍ਹਾਉਣ ਦੀ। ਔਰ ਇਸੇ ਤਰ੍ਹਾਂ ਜਿਹੜੇ ਬੱਚੇ ਬੱਚੀਆਂ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਵਜ਼ੀਫੇ ਜਿਹੜੇ ਆ ਉਹ ਕਾਲਜ ਦੇ ਵਿੱਚ ਵੀ ਦਿੱਤੇ ਜਾਣਗੇ। ਧਰਮ ਪ੍ਰਚਾਰ ਪ੍ਰਸਾਰ ਲਈ ਵੀ ਵੱਡੇ ਉਪਰਾਲੇ, ਜਿਹੜੇ ਸਾਡੇ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਪਿਛਲੇ ਸਮੇਂ ਜਿਨ੍ਹਾਂ ਦੀਆਂ ਇੰਟਰਵਿਊ ਵੀ ਲਈਆਂ ਗਈਆਂ ਔਰ ਜ਼ਵੈਨਿੰਗ ਲੈਟਰਾਂ ਨਹੀਂ ਜਿਨ੍ਹਾਂ ਨੂੰ ਦਿੱਤੀਆਂ ਗਈਆਂ, ਉਹਨਾਂ ਦੀ ਵੀ ਜ਼ਵੈਨਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਧਰਮ ਪ੍ਰਚਾਰ ਪ੍ਰਸਾਰ ਚੜ੍ਹਦੀ ਕਲਾ ਨਾਲ ਹੋਵੇ। ਕਿਉਂਕਿ ਦੋ ਸਬ ਆਫਿਸ ਵੀ ਨਾਲ, ਸਿਰਸਾ ਅਤੇ ਪੰਚਕੂਲਾ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਨਾਢਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਜੋ ਸੂਰਤਗੜੀਆ ਬਾਜ਼ਾਰ ਸਿਰਸਾ ਦੇ ਵਿੱਚ, ਇੱਥੋਂ ਜਿਹੜਾ ਹੈਗਾ ਉਹ ਪ੍ਰਚਾਰ ਦੇ ਜਥੇ ਇਲਾਕਿਆਂ ਦੇ ਵਿੱਚ ਜਾਣਗੇ। ਸੰਗਤਾਂ ਨੂੰ ਅਪੀਲ ਹੈ ਕਿ ਸੰਗਤਾਂ ਸਹਿਯੋਗ ਕਰਨ, ਔਰ ਇਹ ਵੱਡਾ ਉਪਰਾਲਾ ਸਾਨੂੰ ਮਾਣ ਮਹਿਸੂਸ ਹੋ ਰਿਹਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਿੱਖ ਬੱਚਿਆਂ ਨੂੰ ਵਿੱਦਿਆ ਵਾਲੇ ਪਾਸੇ ਪ੍ਰੇਰਿਤ ਕਰਨ, ਜਿੱਥੇ ਰੂਹਾਨੀਅਤ ਅਧਿਆਤਮ ਦੀ ਵਿੱਦਿਆ ਲਈ ਜਲਦੀ ਗੁਰਮਤਿ ਵਿਦਿਆਲਾ ਖੋਲ੍ਹਿਆ ਜਾ ਰਿਹਾ, ਉੱਥੇ ਆਪਣੇ ਸਕੂਲਾਂ ਦੇ ਅੰਦਰ ਇਹਨਾਂ ਸਿੱਖ ਬੱਚਿਆਂ ਨੂੰ, ਜਿਹੜੇ ਅੰਮ੍ਰਿਤਧਾਰੀ ਸਿੱਖ ਬੱਚੇ ਅਤੇ ਮਾਂ ਬਾਪ ਅੰਮ੍ਰਿਤਧਾਰੀ ਆ, ਉਹਨਾਂ ਨੂੰ ਫਰੀ ਕਿਸੇ ਤਰ੍ਹਾਂ ਦੀ ਫੀਸ ਜਿਹੜੀ ਉਹਨਾਂ ਤੋਂ ਨਹੀਂ ਲਈ ਜਾਵੇਗੀ। ਔਰ ਕਾਲਜ ਦੇ ਵਿੱਚ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਣਗੇ। ਸੋ ਸੰਗਤਾਂ ਨੂੰ ਅਪੀਲ ਆ, ਅੰਮ੍ਰਿਤਧਾਰੀ ਗੁਰਸਿੱਖ ਮਾਂ ਬਾਪ ਨੂੰ ਅਪੀਲ ਆ ਕਿ ਉਹ ਆਪਣੇ ਬੱਚਿਆਂ ਨੂੰ ਆਪਣੇ ਨੇੜਲੇ ਸਕੂਲਾਂ, ਜਿਹੜੇ ਤਿੰਨ ਸਕੂਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਵਿੱਚ ਉਹਨਾਂ ਦੇ ਦਾਖਲੇ ਤੁਰੰਤ ਕਰਾਏ ਜਾਣ। ਇਹ ਜਿਹੜਾ ਸਕੂਲਾਂ ਤੱਕ ਜਿਹੜਾ ਹੈਗਾ ਉਹ ਮਤਾ ਪਹੁੰਚ ਜਾਵੇਗਾ ਅੱਜ ਭਲਕ ਦੇ ਅੰਦਰ, ਅਤੇ ਬੱਚੇ ਅਤੇ ਉਹਨਾਂ ਦੇ ਮਾਂ ਬਾਪ ਜਿਹੜੇ ਆ ਉਹ ਸਕੂਲਾਂ ਨਾਲ ਸੰਪਰਕ ਕਰਨ ਅਤੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ, ਜਿਹੜੀ ਵੀ ਕਲਾਸ ਦੇ ਉਹ ਵਿਦਿਆਰਥੀ ਹੈ, ਸਕੂਲੀ ਸਟਾਫ, ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਉਹਨਾਂ ਦੇ ਦਾਖਲੇ ਕਰਨ, ਅਤੇ ਇਹ ਜਿਹੜੇ ਪਰਿਵਾਰ ਨੇ ਅੰਮ੍ਰਿਤਧਾਰੀ ਗੁਰਸਿੱਖ, ਉਹ ਇਸਦਾ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਉਹਦਾ ਪੂਰਾ ਪੂਰਾ ਲਾਹਾ ਜਿਹੜਾ ਉਹ ਪ੍ਰਾਪਤ ਕਰਨ। ਸਾਰੇ ਸਹਿਯੋਗ ਦਿਓ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਜਿਹੜੇ ਸਾਡੇ ਸਿੱਖ ਬੱਚੇ ਬੱਚੀਆਂ ਜਿਹੜੇ ਅੰਮ੍ਰਿਤਧਾਰੀ ਆ, ਜਿਨ੍ਹਾਂ ਦੇ ਮਾਂ ਬਾਪ ਅੰਮ੍ਰਿਤਧਾਰੀ ਆ, ਸਾਡੇ ਤਿੰਨਾਂ ਸਕੂਲਾਂ ਵਿੱਚ ਜਿਹੜੇ ਤਿੰਨ ਵਿੱਦਿਅਕ ਅਦਾਰੇ ਆ ਸਾਡੇ ਕੋਲ, ਉਹਨਾਂ 'ਚ ਉਹਨਾਂ ਨੂੰ ਫ੍ਰੀ ਪੜ੍ਹਾਇਆ ਜਾਵੇਗਾ, ਉਹਨਾਂ ਦੀ ਕੋਈ ਫੀਸ ਜਿਹੜੀ ਆ ਉਹ ਨਹੀਂ ਲਈ ਜਾਵੇਗੀ। ਅਤੇ ਜਿਹੜੇ ਦੋ ਕਾਲਜ ਨੇ ਸਾਡੇ, ਉਹਨਾਂ ਵਿੱਚ ਵੀ ਬੱਚੇ ਬੱਚੀਆਂ ਨੂੰ ਵਜ਼ੀਫੇ ਦਿੱਤੇ ਜਾਣਗੇ। ਮੀਰੀ ਪੀਰੀ ਮੈਡੀਕਲ ਕਾਲਜ ਅਜੇ ਪ੍ਰਬੰਧ ਵਿੱਚ ਨਹੀਂ ਆਇਆ, ਜਿਹੜੇ ਪੰਜ ਵਿੱਦਿਅਕ ਅਦਾਰੇ ਸਾਡੇ ਕੋਲ ਆ, ਇਹਨਾਂ 'ਚ ਸਕੂਲਾਂ ਅੰਦਰ ਤਾਂ ਫ੍ਰੀ ਉਹਨਾਂ ਨੂੰ ਪੜ੍ਹਾਇਆ ਜਾਵੇਗਾ, ਉਹਨਾਂ ਦੀ ਕੋਈ ਫੀਸ ਨਹੀਂ ਹੋਵੇਗੀ ਪੜ੍ਹਾਉਣ ਦੀ। ਔਰ ਇਸੇ ਤਰ੍ਹਾਂ ਜਿਹੜੇ ਬੱਚੇ ਬੱਚੀਆਂ ਅੰਮ੍ਰਿਤਧਾਰੀ ਨੇ, ਉਹਨਾਂ ਨੂੰ ਵਜ਼ੀਫੇ ਜਿਹੜੇ ਆ ਉਹ ਕਾਲਜ ਦੇ ਵਿੱਚ ਵੀ ਦਿੱਤੇ ਜਾਣਗੇ। ਧਰਮ ਪ੍ਰਚਾਰ ਪ੍ਰਸਾਰ ਲਈ ਵੀ ਵੱਡੇ ਉਪਰਾਲੇ, ਜਿਹੜੇ ਸਾਡੇ ਰਾਗੀ ਢਾਡੀ ਕਥਾਵਾਚਕ ਪ੍ਰਚਾਰਕ ਪਿਛਲੇ ਸਮੇਂ ਜਿਨ੍ਹਾਂ ਦੀਆਂ ਇੰਟਰਵਿਊ ਵੀ ਲਈਆਂ ਗਈਆਂ ਔਰ ਜ਼ਵੈਨਿੰਗ ਲੈਟਰਾਂ ਨਹੀਂ ਜਿਨ੍ਹਾਂ ਨੂੰ ਦਿੱਤੀਆਂ ਗਈਆਂ, ਉਹਨਾਂ ਦੀ ਵੀ ਜ਼ਵੈਨਿੰਗ ਕਰਵਾਈ ਜਾ ਰਹੀ ਹੈ ਤਾਂ ਕਿ ਧਰਮ ਪ੍ਰਚਾਰ ਪ੍ਰਸਾਰ ਚੜ੍ਹਦੀ ਕਲਾ ਨਾਲ ਹੋਵੇ। ਕਿਉਂਕਿ ਦੋ ਸਬ ਆਫਿਸ ਵੀ ਨਾਲ, ਸਿਰਸਾ ਅਤੇ ਪੰਚਕੂਲਾ, ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਸ੍ਰੀ ਨਾਢਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਜੋ ਸੂਰਤਗੜੀਆ ਬਾਜ਼ਾਰ ਸਿਰਸਾ ਦੇ ਵਿੱਚ, ਇੱਥੋਂ ਜਿਹੜਾ ਹੈਗਾ ਉਹ ਪ੍ਰਚਾਰ ਦੇ ਜਥੇ ਇਲਾਕਿਆਂ ਦੇ ਵਿੱਚ ਜਾਣਗੇ। ਸੰਗਤਾਂ ਨੂੰ ਅਪੀਲ ਹੈ ਕਿ ਸੰਗਤਾਂ ਸਹਿਯੋਗ ਕਰਨ, ਔਰ ਇਹ ਵੱਡਾ ਉਪਰਾਲਾ ਸਾਨੂੰ ਮਾਣ ਮਹਿਸੂਸ ਹੋ ਰਿਹਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਿੱਖ ਬੱਚਿਆਂ ਨੂੰ ਵਿੱਦਿਆ ਵਾਲੇ ਪਾਸੇ ਪ੍ਰੇਰਿਤ ਕਰਨ, ਜਿੱਥੇ ਰੂਹਾਨੀਅਤ ਅਧਿਆਤਮ ਦੀ ਵਿੱਦਿਆ ਲਈ ਜਲਦੀ ਗੁਰਮਤਿ ਵਿਦਿਆਲਾ ਖੋਲ੍ਹਿਆ ਜਾ ਰਿਹਾ, ਉੱਥੇ ਆਪਣੇ ਸਕੂਲਾਂ ਦੇ ਅੰਦਰ ਇਹਨਾਂ ਸਿੱਖ ਬੱਚਿਆਂ ਨੂੰ, ਜਿਹੜੇ ਅੰਮ੍ਰਿਤਧਾਰੀ ਸਿੱਖ ਬੱਚੇ ਅਤੇ ਮਾਂ ਬਾਪ ਅੰਮ੍ਰਿਤਧਾਰੀ ਆ, ਉਹਨਾਂ ਨੂੰ
ਫਰੀ ਕਿਸੇ ਤਰ੍ਹਾਂ ਦੀ ਫੀਸ ਜਿਹੜੀ ਉਹਨਾਂ ਤੋਂ ਨਹੀਂ ਲਈ ਜਾਵੇਗੀ ਔਰ ਕਾਲਜ ਦੇ ਵਿੱਚ ਬੱਚਿਆਂ ਨੂੰ ਵਜ਼ੀਫੇ ਦਿੱਤੇ ਜਾਣਗੇ। ਸੋ ਸੰਗਤਾਂ ਨੂੰ ਅਪੀਲ ਆ, ਅੰਮ੍ਰਿਤਧਾਰੀ ਗੁਰਸਿੱਖ ਮਾਂ ਬਾਪ ਨੂੰ ਅਪੀਲ ਆ ਕਿ ਆਪਣੇ ਬੱਚਿਆਂ ਨੂੰ ਆਪਣੇ ਨੇੜਲੇ ਸਕੂਲਾਂ, ਜਿਹੜੇ 3 ਸਕੂਲ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਵਿੱਚ ਉਹਨਾਂ ਦੇ ਦਾਖਲੇ ਤੁਰੰਤ ਕਰਾਏ ਜਾਣ। ਇਹ ਜਿਹੜਾ ਸਕੂਲਾਂ ਤੱਕ ਜਿਹੜਾ ਹੈਗਾ ਉਹ ਮਤਾ ਪਹੁੰਚ ਜਾਵੇਗਾ ਅੱਜ ਭਲਕ ਦੇ ਅੰਦਰ, ਤੇ ਬੱਚੇ ਤੇ ਉਹਨਾਂ ਦੇ ਮਾਂ ਬਾਪ ਜਿਹੜੇ ਆ ਉਹ ਸਕੂਲਾਂ ਨਾਲ ਸੰਪਰਕ ਕਰਨ ਤੇ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ, ਜਿਹੜੀ ਵੀ ਕਲਾਸ ਦੇ ਉਹ ਵਿਦਿਆਰਥੀ ਹੈ, ਸਕੂਲੀ ਸਟਾਫ, ਪ੍ਰਿੰਸੀਪਲ ਸਾਹਿਬਾਨ ਤੇ ਅਧਿਆਪਕ ਸਾਹਿਬਾਨ ਉਹਨਾਂ ਦੇ ਦਾਖਲੇ ਕਰਨ, ਤੇ ਇਹ ਜਿਹੜੇ ਪਰਿਵਾਰ ਨੇ ਅੰਮ੍ਰਿਤਧਾਰੀ ਗੁਰਸਿੱਖ ਉਹ ਇਸਦਾ ਹੈ ਜੋ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਸਿੱਖ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਉਹਦਾ ਪੂਰਾ ਪੂਰਾ ਲਾਹਾ ਜਿਹੜਾ ਉਹ ਪ੍ਰਾਪਤ ਕਰਨ। ਸਾਰੇ ਸਹਿਯੋਗ ਦਿਓ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।